ਜੀ ਮੇਰੇ ਸੋਹਣਿਆ ਪਰਾਵੋ ਮਿੱਤਰੋ ਤੇ ਸਾਥੀਓ ਦੋਸਤੋ ਕੀ ਹਾਲ ਹੈ ਤੁਹਾਡਾ ਉਮੀਦ ਹੈ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਐ ਗੇਮਪਲੇ ਤੇ ਵੇਖਦੇ ਰਹੋ ਤੇ ਨਾਲ ਮੇਰੀਆਂ ਗੱਲਾਂ ਵੀ ਸੁਣਦੇ ਰਹੋ ਜੇ ਕਿਸੇ ਸਮਝ ਆਉਂਦੀਏ ਤੇ ਪੰਜਾਬੀ ਵਿੱਚ ਪਹਿਲੀ ਵਾਰੀ ਮੈਂ ਲੈ ਕੇ ਆਇਆ ਜਨਾਬ ਕਿ ਕੈਰਮ ਪੂਲ ਕਿਵੇਂ ਖੇਲਣਾ ਹੈ ਤੇ ਕੈਰਮ ਪੂਲ ਤੁਸੀਂ ਐ ਕਿਵੇਂ ਤੁਸੀਂ ਨੋ ਪਲੇਅ ਤੋਂ ਪ੍ਰੋ ਪਲੇਅਰ ਬਣ ਸਕਦੇ ਹੋ ਤੇ ਇਹ ਮੈਂ ਜਨਾਬ ਵੀਡੀਓ ਕਾਫੀ ਅਰਸੇ ਤੋਂ ਅਪਲੋਡ ਕਰ ਰਿਹਾ ਹਾਂ ਤੇ ਲੇਕਿਨ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਮੈਂ ਉਰਦੂ ਵਿੱਚ ਵੀ ਬੜੀ ਜਨਾਬ ਕੀਤੀ ਏ ਕੋਸ਼ਿਸ਼ ਲੇਕਿਨ ਹੁਣ ਮੈਂ ਸੋਚਿਆ ਵੀ ਯਾਰ ਜਿੰਨੇ ਮੇਰੇ ਪੰਜਾਬ ਦੇ ਵੀਰ ਨੇ ਸੱਜਣ ਨੇ ਮਿੱਤਰ ਨੇ ਚੜਦੇ ਪੰਜਾਬ ਦੇ ਤੇ ਲੈਹਂਦੇ ਪੰਜਾਬ ਦੇ ਮੈਂ ਉਹਨਾਂ ਵਾਸਤੇ ਸਿਰਫ ਵੀਡੀਓ ਲੈ ਕੇ ਆਵਾਂਗਾ ਪੰਜਾਬੀ ਦੇ ਵਿੱਚ ਤਾਕੇ ਮੈਂ ਜੋ ਮੇਰੀ ਜਨਮੂ ਜਬਾਨ ਹੈ ਮੇਰੇ ਕੋਲ ਨਾ ਤੇ ਇੰਗਲਿਸ਼ ਬੋਲੀ ਜਾਂਦੀ ਏ ਤੇ ਨਾ ਹੀ ਵੀਰੋ ਇਹਦੀ ਉਰਦੂ ਮੇਰੀ ਕੁਝ ਠੀਕ ਏ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਤੁਹਾਡੇ ਨਾਲ ਛੇ ਤਰੀਕੇ ਨਾਲ ਬੋਲਾਂ ਤਾਂ ਤੁਹਾਨੂੰ ਗੇਮ ਦੇ ਬਾਰੇ ਸਮਝਾ ਸਕਾਂ ਕਿ ਤੁਸੀਂ ਕਿਵੇਂ ਪ੍ਰੋ ਪਲੇਅਰ ਬਣ ਸਕਦੇ ਹੋ ਤੇ ਇਹ ਸ਼ਾਰਟ ਤੁਹਾਨੂੰ ਪਸੰਦ ਆਵੇ ਤੇ 3 ਪੀਸ ਕਨੈਕਸ਼ਨ ਦੇ ਐ ਮੇਰੇ ਭਰਾਵੋ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਚੜਨਾ ਤੇ ਦੂਜੀ ਗੱਲ ਇਹ ਕਿ ਆਓ ਤੁਹਾਨੂੰ ਦੱਸਨੇ ਆ ਕਿ ਨਵਾਂ ਆਉਣ ਵਾਲਾ ਕੈਰਮ ਪਾਸ ਕਿ ਲਾਇ ਹੈ ਟਾਈਮ ਸਪੇਸ ਵਿੱਚ ਜਾ ਕੇ ਐ ਵੇਖੋ ਸਰਕਾਰ ਨਵਾਂ ਕੈਰਮ ਪਾਸ ਦਾ ਨਾਮ ਹੈ ਵਿంటర్ ਗਾਲਾ ਸੀਜ਼ਨ ਠੀਕ ਹੈ ਗਾਇਸ ਤੇ ਇਹ ਬੜਾ ਹੀ ਸੋਹਣਾ ਤੇ ਬੜਾ ਹੀ ਪਿਆਰਾ ਹੈ ਇਹਦੇ ਵਿੱਚ ਜਿਹੜੀਆਂ ਮੂcjੀਆਂ ਨੇ ਉਹ ਬਹੁਤ ਹੀ ਮੈਨੂੰ ਅੱਛੀਆਂ ਲਗੀਆਂ ਅਵਾਜ਼ਾਂ ਵੀ ਬਹੁਤ ਅੱਛਾ ਹੈ ਤੇ ਪੰਜ 골ਡਨ ਚੈਸਟ ਤੇ ਹੁੰਦੀਆਂ ਨੇ ਯਾਰ ਤੇ ਐ ਜ਼ਰਾ ਚੈੱਕ ਤੇ ਕਰੋ ਇਹ ਉਹ ਫਰੇਮ ਤੇ ਵੇਖੋ ਕਿੰਨਾ ਸੋਹਣਾ ਲੈ ਕੇ ਆਏ ਨੇ ਵਿంటర్ ਸੀਜ਼ਨ ਦਾ ਵੇਖੋ ਮੈਨੂੰ ਤੇ ਬਹੁਤ ਅੱਛਾ ਲੱਗਾ ਹੈ ਅੱਗੇ ਨਾਲੋਂ ਬੜਾ ਚੇਂਜ ਹੈ ਤੇ ਉਮੀਦ ਹੈ ਕਿ ਨਾ ਕਿ ਤੁਹਾਨੂੰ ਵੀ ਪਸੰਦ ਆਏਗਾ ਅਵਤਾਰ ਵੇਖੋ ਇਹ ਵੀ ਬਹੁਤ ਹੀ ਮੁੰਡਿਆਂ ਖੁੰਡਿਆਂ ਵਾਲਾ ਤੇ ਸੋਹਣਾ ਹੈ ਬਾਕੀ ਅਰੇ ਯਾਰ ਇਹ ਤੇ ਵੇਖੋ ਅਮੂਜੀ ਵੇਖੋ ਕਿੰਨੀ ਪਿਆਰੀ ਯਾਰ ਮਫਰਲ ਪਾਇਆ ਹੈ ਟੋਪੀ ਵੀ ਲਾਈ ਹੈ ਵਾਹ ਹੁਣ ਮਜ਼ੇ ਆ ਗਏ ਨੇ ਵਿంటర్ ਸੀਜ਼ਨ ਦੇ ਬਈ ਵਿంటర్ ਦਾ ਲਾ ਤੇ ਐ ਇੱਕ ਹੋਰ ਮੂਜੀ ਇਹ ਵੀ ਬਹੁਤ ਪਿਆਰੀ ਹੈ ਵਿంటర్ ਦੇ ਸਬੰ ਨਾਲ ਹੀ ਦਿੱਤੀਆਂ ਗਈਆਂ ਨੇ ਸਾਰੀਆਂ ਚੀਜ਼ਾਂ ਤੇ ਉਮੀਦ ਕਰਨਾ ਕਿ ਮੈਂ ਤੁਹਾਨੂੰ ਇਹ ਸਭ ਤੋਂ ਪਹਿਲੇ ਇਨਫਾਰਮੇਸ਼ਨ ਦਿੱਤੀ ਹੈ ਤੇ ਤੁਸੀਂ ਇਹਨੂੰ ਪਸੰਦ ਕਰੋਗੇ ਲਾਈਕ ਕਰੋਗੇ ਤੇ ਮੈਨੂੰ ਤਾਂ ਬਹੁਤ ਅੱਛਾ ਲੱਗਾ ਤੇ ਨਾਲੇ ਇੱਕ ਹੋਰ ਗੱਲ ਵੀ ਕਰ ਲਈ ਕਿ ਇਸ ਵਾਰੀ ਹਰ ਵਾਰੀ ਫ੍ਰੀ ਕੈਰਮ ਪਾਸ ਮਿਲਦਾ ਹੈ ਤੇ ਐਸ ਦਫਾ ਉਹ ਫਰੀ ਪਾਸਾਨੂੰ ਮਿਲੇਗਾ ਕਿ ਨਹੀਂ ਮਿਲੇਗਾ ਤੇ ਨਾਲੇ ਉਹ ਕਿਹੜੇ ਵਰਜਨ ਵਿੱਚ ਮਿਲੇਗਾ ਤੁਹਾਨੂੰ ਪਤਾ ਹੀ ਹੈ ਕਿ ਵਰਜਨ ਬੀਟਾ ਵਰਜਨ 7.0 ਵੀ ਆ ਚੁੱਕਿਆ ਹੈ ਕੈਰਮਪੂਰ ਦਾ ਤੇ ਜਿਹੜਾ ਪਿਛਲਾ ਵਰਜਨ ਨੇ ਉਹਦੇ ਵਿੱਚ ਜਦ ਮੈਂ ਸਪੇਸ ਚ ਗਿਆ ਤੇ ਉਹਦੇ ਵਿੱਚ ਨਹੀਂ ਖੁੱਲਿਆ ਕੈਰਮ ਪਾਸ ਤੇ ਆਹ ਜਿਹੜਾ ਮੈਂ ਖੋਲਿਆ ਹੈ ਕਿ ਇਹ ਬੀਟਾ ਵਰਜਨ ਵਿੱਚ ਹੀ ਖੋਲਿਆ ਹੈ ਤੇ ਉਮੀਦ ਕਰਨਾ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਮਜ਼ੀਦ ਵੀਡੀਓ ਇਨਸ਼ਾਅੱਲਾ ਅਪਲੋਡ ਕਰਦੇ ਰਹਾਂਗੇ ਥੈਂਕਸ ਫਾਰ ਵਾਚਿੰਗ ਬਾਏ ਬਾਏ